ਜਿੱਥੇ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਉੱਥੇ ਰੂਪਨਗਰ ਜ਼ਿਲ੍ਹੇ ਵਿੱਚ ਪੁਲਿਸ ਨੂੰ ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਕੋਈ ਜ਼ਿਆਦਾ ਪਰੇਸ਼ਾਨੀਆਂ ਜਾਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਰੂਪਨਗਰ ਪੁਲਿਸ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਤੇ ਚੁਸਤ ਦਿਖਾਈ ਦੇ ਰਹੀ ਹੈ। ਰੂਪਨਗਰ ਦੇ ਐਸਪੀ ਬਰਿੰਦਰ ਸਿੰਘ ਨੇ ਦੱਸਿਆ ਕਿ ਰੂਪਨਗਰ ਵਿੱਚ 8 ਜਗ੍ਹਾ ਤੇ ਵੱਖ ਵੱਖ ਥਾਵਾਂ ਤੇ ਪੁਲਿਸ ਦੇ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ 9 ਤੋਂ ਵੱਧ ਪੁਲਿਸ ਪਾਰਟੀਆਂ ਹਮੇਸ਼ਾ ਗਸ਼ਤ ਕਰਦੀਆਂ ਹਨ ਜੋ ਕਿ ਸ਼ਹਿਰ ਵਿੱਚ ਕਿਤੇ ਵੀ ਕੋਈ ਸ਼ਰਾਰਤੀ ਅਨਸਰ ਹੁੱਲੜਬਾਜ਼ੀ ਨਾ ਕਰ ਸਕੇ। ਇਸ ਦੇ ਇਲਾਵਾ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਅਤੇ ਹੋਰ ਇਲਾਕੇ ਵਿੱਚ ਵੱਖ ਵੱਖ ਥਾਵਾਂ ਤੇ ਪੁਲਿਸ ਪਾਰਟੀ ਨੂੰ ਇਲਾਕਾ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸੈਨੇਟਾਈਜ਼ਰ, ਹੈਂਡ ਗਲਵਸ, ਮਾਸਕ ਤੇ ਹੋਰ ਜ਼ਰੂਰੀ ਸਮਾਨ ਵੀ ਇਹਨਾਂ ਪੁਲਿਸ ਕਰਮਚਾਰੀਆਂ ਨੂੰ ਪਹੁੰਚਾਇਆ ਜਾ ਰਿਹਾ ਹੈ। ਜਦੋਂ ਉਹਨਾਂ ਪੁੱਛਿਆ ਕਿ ਕੀ ਪੰਜਾਬ ਵਿੱਚ CRPF ਲੱਗ ਰਹੀ ਹੈ ਤਾਂ ਉਸ ਦੇ ਨਾਲ ਹੀ ਰੂਪਨਗਰ ਵਿੱਚ CRP ਲੱਗੇਗੀ ਤਾਂ ਉਹਨਾਂ ਕਿਹਾ ਕਿ ਰੂਪਨਗਰ ਦੇ ਲੋਕ ਪੁਲਿਸ ਅਤੇ CRPF ਦਾ ਕੰਮ ਕਰ ਰਹੇ ਹਨ ਅਤੇ ਪਿੰਡਾਂ ਵਿੱਚ ਜਗ੍ਹਾ ਜਗ੍ਹਾ ਤੇ ਨਾਕੇ ਲਾ ਕੇ ਬੈਠੇ ਹਨ ਜਿਸ ਕਰਕੇ ਹੁਣ ਤੱਕ ਰੂਪਨਗਰ ਜ਼ਿਲ੍ਹੇ ਵਿੱਚ ਅਜਿਹੀ ਕੋਈ ਲੋੜ ਨਹੀਂ ਪਈ। ਰੋਪੜ ਸ਼ਹਿਰ ਦੇ ਵਿੱਚ ਸਥਿਤੀ ਪੂਰੀ ਸ਼ਾਂਤੀਪੂਰਵਕ ਹੈ, ਲੋਕ ਪੂਰਾ ਸਹਿਯੋਗ ਦੇ ਰਹੇ ਨੇ ਸਾਨੂੰ ਔਰ ਮੱਦੇ ਇਹਦੇ ਕਰੋਨਾ ਦੇ ਮੱਦੇਨਜ਼ਰ ਲੋਕਾਂ ਦਾ ਪੂਰਨ ਸਹਿਯੋਗ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਨੂੰ ਮਿਲ ਰਿਹਾ। ਸਰ, ਇੱਕ CRPF ਦੀ ਗੱਲ ਕਹੀ ਜਾ ਰਹੀ ਸੀ ਕਈ ਜਗ੍ਹਾ 'ਤੇ ਵੀ CRPF ਜਿਹੜੀ ਪੰਜਾਬ ਦੇ ਵਿੱਚ ਜਲਦੀ ਲੱਗਣ ਜਾ ਰਹੀ, ਕੀ ਰੋਪੜ ਦੇ ਵਿੱਚ ਵੀ CRPF ਲੱਗਣ ਜਾ ਰਹੀ? ਨਹੀਂ ਜੀ, ਹਾਲੇ ਰੋਪੜ ਦੇ ਵਿੱਚ ਸਾਨੂੰ CRP ਦੀ ਜਾਂ ਕਿਸੇ ਹੋਰ ਐਕਸਟਰਾ ਫੋਰਸ ਦੀ ਲੋੜ ਨਹੀਂ ਕਿਉਂਕਿ ਲੋਕ ਬਹੁਤ ਸਹਿਯੋਗ ਕਰ ਰਹੇ ਨੇ ਪਿੰਡਾਂ ਦੇ ਵਿੱਚ। ਖੁਦ ਸਾਡਾ ਪੁਲਿਸ ਦਾ ਔਰ CRP ਦਾ ਕੰਮ ਲੋਕ ਕਰ ਰਹੇ ਨੇ, ਉਹਨਾਂ ਨੇ ਨਾਕੇ ਲਗਾ ਕੇ ਆਪਣੇ ਪਿੰਡਾਂ ਨੂੰ ਆਈਸੋਲੇਟ ਕੀਤਾ ਹੋਇਆ, ਆਉਣ ਜਾਣ ਵਾਲੇ ਲੋਕਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ। ਜੇ ਕੋਈ ਅਨਸੈਸਰੀ ਐਲੀਮੈਂਟ ਉਹਨਾਂ ਕੋਲ ਆਉਂਦਾ ਉਹਨੂੰ ਵਾਪਸ ਕਰ ਰਹੇ ਨੇ, ਕਿਸੇ ਜ਼ਰੂਰੀ ਕੰਮ ਵਾਲੇ ਨੂੰ ਇਹ ਉਹ ਐਂਟਰ ਕਰਨ ਦੇ ਰਹੇ ਨੇ। ਫਿਰ ਵੀ ਅਗਰ ਕੋਈ ਸਥਿਤੀ ਜਿਸ ਤਰ੍ਹਾਂ ਦੀ ਲੋੜ ਪਈ ਫਿਰ ਐਕਸਟਰਾ ਫੋਰਸ ਜਿਹੜੀ ਆ ਉਹ ਮੰਗਵਾਈ ਜਾ ਸਕਦੀ। ਰੋਪੜ ਦੇ ਵਿੱਚ ਜਿਹੜੀ ਕਿੰਨੇ ਪੁਲਿਸ ਪਾਰਟੀ ਜਾਂ ਪੁਲਿਸ ਨਾਕੇ ਲੱਗੇ ਹੋਏ? ਅਸੀਂ ਰੋਪੜ ਸ਼ਹਿਰ ਦੇ ਅੰਦਰ ਇਹਨੂੰ ਜ਼ੋਨਾਂ ਦੇ ਵਿੱਚ ਵੰਡ ਕੇ ਕਰੀਬ 10 ਦੇ ਕਰੀਬ ਨਾਕੇ ਅਸੀਂ ਲਗਾਏ ਹੋਏ ਨੇ, 9 ਦੇ ਕਰੀਬ ਗਸ਼ਤ ਪਾਰਟੀਆਂ ਨੇ ਜਿਹੜੀਆਂ ਦਿਨ ਰਾਤ 24x7 ਕੰਮ ਕਰ ਰਹੀਆਂ, ਸ਼ਿਫਟ ਵਾਈਜ਼ ਇਹਨਾਂ ਤੋਂ ਅਸੀਂ ਕੰਮ ਲੈ ਰਹੇ ਹਾਂ। ਸਰ, ਜਿਹੜੀ ਪੁਲਿਸ ਦਾ ਰਹਿਣ ਦਾ ਔਰ ਖਾਣ ਪੀਣ ਦਾ ਕੀ ਬੰਦੋਬਸਤ ਹੋ ਰਿਹਾ ਜੀ? ਨਾਕਿਆਂ ਦੇ ਉੱਤੇ ਇਹਨਾਂ ਨੂੰ ਫੂਡ ਜਿਹੜਾ ਸਪਲਾਈ ਕੀਤਾ ਜਾ ਰਿਹਾ ਜੀ ਔਰ ਇਹਨਾਂ ਦੀ ਵੈਲਫੇਅਰ ਵਾਸਤੇ ਅਸੀਂ ਹਰ ਮੁਲਾਜ਼ਮ ਦਾ ਨਾਕਿਆਂ ਦੇ ਉੱਤੇ ਹੀ ਸਾਡੇ ਡਾਕਟਰ ਸਾਹਿਬ ਨੇ ਆ ਕੇ ਮੈਡੀਕਲ ਚੈੱਕਅਪ ਕੀਤਾ ਔਰ ਹੋਰ ਵੀ ਜਿਹੜੀਆਂ ਲੋੜੀਂਦੀਆਂ ਕਰੋਨਾ ਨਾਲ ਫਾਈਟ ਕਰਨ ਨੂੰ ਸੈਨੇਟਾਈਜ਼ਰ ਨੇ, ਮਾਸਕ ਨੇ ਜਾਂ ਹੈਂਡ ਗਲਵਜ਼ ਨੇ ਉਹ ਅਸੀਂ ਸਾਰੇ ਮੁਲਾਜ਼ਮਾਂ ਨੂੰ ਪ੍ਰੋਵਾਈਡ ਕੀਤੇ ਹੋਏ ਨੇ। ਰੂਪਨਗਰ ਤੋਂ ਪੱਤਰਕਾਰ ਜਤਿੰਦਰਪਾਲ ਸਿੰਘ ਦੀ ਖਾਸ ਰਿਪੋਰਟ।